ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਕੀਤੀਆਂ ਗਈਆਂ ਇੱਕ ਹਫ਼ਤੇ ਦੌਰਾਨ ਪ੍ਰਾਪਤੀਆਂ ਨੂੰ ਲੈ ਕੇ ਮੀਡੀਆ ਅੱਗੇ ਪ੍ਰੈਸ ਕਾਨਫਰੰਸ ਕੀਤੀ ਗਈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਸਮੁੱਚੀ ਟੀਮ ਵੱਲੋਂ ਕ੍ਰਾਈਮ ਡਿਟੈਕਟਿਵ ਅਤੇ ਪ੍ਰੀਵੈਂਟਿਵ ਕਰਦੇ ਹੋਏ ਡਰੱਗ ਸਮਗਲਰਾਂ, ਨਾਜਾਇਜ਼ ਅਸਲਾ, ਪੀਓ ਅਤੇ ਸਮਾਜ ਦੇ ਮਾੜੇ ਅਨਸਲਾਂ ਖਿਲਾਫ਼ ਚਲਾਈ ਗਈ ਮੁਹਿੰਮ ਦੇ ਤਹਿਤ 26 ਤਰੀਕ ਤੋਂ ਲੈ ਕੇ 3 ਤਰੀਕ ਤੱਕ ਵੱਡੀਆਂ ਪ੍ਰਾਪਤੀਆਂ ਕੀਤੀਆਂ ਗਈਆਂ ਨੇ। ਜ਼ੀਰੋ ਟੋਲਰੈਂਸ ਪਾਲਿਸੀ ਤਹਿਤ ਨਸ਼ਾ ਤਸਕਰਾਂ, ਲੁੱਟਾ ਖੋਹਾਂ ਅਤੇ ਮਾੜੇ ਅਨਸਰਾਂ ਖਿਲਾਫ਼ ਚਲਾਈ ਗਈ ਸਪੈਸ਼ਲ ਮੁਹਿੰਮ ਤਹਿਤ ਪਿਛਲੇ ਇੱਕ ਹਫ਼ਤੇ ਦੌਰਾਨ ਪ੍ਰਾਪਤੀਆਂ ਕੀਤੀਆਂ ਗਈਆਂ ਨੇ। ਡਰੱਗ ਫੜੀ, ਉੱਤੋਂ ਰਿਕਵਰੀ ਹੋਈ, ਮੌਕੇ 'ਤੇ ਆਫਿਸਰ ਬੁਲਾਏ ਉਹਨਾਂ ਨੇ। ਬੜੀ ਅੱਛੀ ਗੱਲ ਹੈ ਕਿ ਮੈਂ ਪ੍ਰੋਐਕਟਿਵ ਪੁਲਿਸਿੰਗ ਇਹਨੂੰ ਕਹਿੰਦਾ ਕਿ ਉਹ ਜਿਹੜੀ ਆਪਾਂ ਪੂਰਾ ਆਪਣੀ ਤਨਦੇਹੀ ਨਾਲ ਔਰ ਮਨ ਨਾਲ ਡਿਊਟੀ ਕਰ ਰਹੇ ਹਾਂ। ਸੋ ਜੇਕਰ ਆਪਾਂ ਹਫ਼ਤੇ ਦੀ ਕਾਰਗੁਜ਼ਾਰੀ ਦੇਖੀਏ ਤਾਂ NDPS ਦੇ 7 ਮੁਕੱਦਮੇ ਦਰਜ ਕੀਤੇ ਗਏ, 14 ਸਮਗਲਰ ਫੜੇ ਗਏ। ਇਹਨਾਂ ਤੋਂ ਮੇਨ ਡਰੱਗ ਮਨੀ ਬੜੀ ਫੜੀ ਗਈ ਹੈ, ਚਾਹੇ ਹੀਰੋਇਨ ਦੀ ਕੁਆਂਟਿਟੀ ਘੱਟ ਵੀ ਸੀ, 17,52,690 ਰੁਪਏ। ਸੋ ਦੈਟ ਮੀਨਸ ਬੰਦੇ ਕੰਮ ਤਾਂ ਕਰ ਹੀ ਰਹੇ ਸੀ। ਚਲੋ ਰਿਕਵਰੀ ਕਈ ਵਾਰੀ ਔਨ ਪਰਸਨ ਘੱਟ ਵੀ ਹੁੰਦੀ ਹੈ। ਅਸਲਾ ਐਕਟ ਦੇ ਵਿੱਚ ਜੇ ਆਪਾਂ ਦੇਖੀਏ 4 ਮੁਕੱਦਮੇ ਦਰਜ ਕੀਤੇ ਗਏ, 12 ਦੋਸ਼ੀ ਫੜੇ ਗਏ। ਆਰਮਜ਼ ਐਕਟ, 7 ਵੈਪਨ ਔਰ 5 ਮੈਗਜ਼ੀਨ, 37 ਕਾਰਤੂਸ, ਪਿਸਟਲ, ਰਿਵਾਲਵਰ ਅਤੇ ਗਨ। ਸਨੈਚਿੰਗ ਦੇ 6 ਕੇਸਾਂ ਵਿੱਚ 26 ਬੰਦੇ ਫੜੇ, ਕਿਉਂਕਿ ਸਨੈਚਿੰਗ ਜੋ ਮੈਂ ਆ ਕੇ ਦੇਖਿਆ ਸੀ ਕਾਫੀ ਰੈਂਪੈਂਟ ਸੀ। ਔਰ ਤੁਹਾਡੇ ਨਾਲ ਮੈਂ ਇਹ ਕੱਲ੍ਹ ਜ਼ਰੂਰ ਸ਼ੇਅਰ ਕਰਨਾ ਚਾਹੁੰਦਾ, ਸਾਡੇ ਕੰਟਰੋਲ ਰੂਮ 'ਤੇ ਕਾਲਸ ਆਉਂਦੀਆਂ 112 'ਤੇ, ਉਸ ਤੋਂ ਕਾਫੀ ਮੈਂ ਡਿਟੇਲ ਡੇਟਾ ਦੇਖਦਾ ਰਹਿੰਦਾ। ਕਈ ਵਾਰੀ ਕੋਈ ਲੋਕ ਥਾਣੇ ਨਹੀਂ ਵੀ ਜਾਂਦੇ ਪਰ ਉਹ ਕਾਲ ਇੱਕ ਵਾਰ ਜ਼ਰੂਰ ਆਈ ਹੁੰਦੀ ਹੈ। ਸੋ ਪਰਮਾਤਮਾ ਦੀ ਮਿਹਰ ਨਾਲ ਔਰ ਸਾਡੇ ਜਿਹੜੇ ਬਹਾਦਰ ਸਾਰੇ ਆਫਿਸਰਸ ਨੇ ਇਹਨਾਂ ਦੀ ਮਿਹਨਤ ਸਦਕਾ ਲਾਸਟ 2 ਜਾਂ 3 ਦਿਨ ਤੋਂ ਕੋਈ ਸਨੈਚਿੰਗ ਰਿਪੋਰਟ ਨਹੀਂ ਆਪਣੀ ਹੋਈ, ਰਾਦਰ ਫੰਡ 'ਚ ਕਾਮਯਾਬ ਆਪਾਂ ਹੋਏ ਹਾਂ। 6 ਕੇਸਾਂ 'ਚ 26 ਸਨੈਚਰ, ਉਹਨਾਂ ਤੋਂ ਰਿਕਵਰੀ ਹੈ 1,70,000 ਰੁਪਏ, ਜਿਹੜੀ ਮੁੱਲ ਦੀਆਂ ਚੀਜ਼ਾਂ, ਦੈਟ ਇਜ਼ ਵੈਰੀ ਗੁੱਡ। ਗੈਂਬਲਿੰਗ ਐਕਟ 'ਚ 5 ਮੁਕੱਦਮੇ ਦਰਜ ਕੀਤੇ, 27 ਬੰਦੇ ਫੜੇ, 1,08,000 ਰੁਪਇਆ ਉਹਦੇ 'ਚ ਵੀ ਰਿਕਵਰ ਹੋਇਆ UA 'ਚ। ਪ੍ਰਿਵੈਂਟਿਵ ਐਕਸ਼ਨ ਜਿਹੜਾ ਆਪਾਂ ਕੀਤਾ, ਜਿਹੜੇ ਮਾੜੇ ਬੰਦਿਆਂ ਨੂੰ ਚੈੱਕ ਕਰਦੇ ਹਾਂ, ਜਿਹੜੇ ਵਾਰ ਵਾਰ ਆ ਕੇ ਕ੍ਰਾਈਮ ਕਰਦੇ ਆ, 74 ਬੰਦਿਆਂ ਦੇ ਖਿਲਾਫ਼ ਪ੍ਰਿਵੈਂਟਿਵ ਐਕਸ਼ਨ ਲਿਆ ਗਿਆ ਇਸ ਹਫ਼ਤੇ ਦੇ ਵਿੱਚ। PO ਜੇ ਦੇਖੀਏ, ਭਗੌੜੇ ਜਿਹੜੇ ਆ ਉਹਦੇ 'ਚ NDPS ਅਤੇ ਹੋਰ ਧਾਰਾਵਾਂ 7 ਭਗੌੜੇ ਫੜੇ ਗਏ, ਮਤਲਬ 1 ਪਰ ਡੇ ਦੀ ਐਵਰੇਜ ਆਉਂਦੀ ਜੀ ਹਫ਼ਤੇ ਦੀ ਦੇਖੀਏ।